अउबी शाइतव रहीम बसमीम असल दोस्तों कैसे हैं दोस्तों उम्मीद करता हूँ कि मेरे तमाम दोस्त खैरियत से होंगे और खुश होंगे तो दोस्तों आज अपने इलाके जनाब एक फारम जनाब मौजूद आ सी एक फारम जनाब आया मैं दोस्तों ने शौक चेक करा दे भी है ਇਥੇ ਬਹੁਤ ਜ਼ਿਆਦਾ ਅੱਛਾ ਅੱਛਾ ਸ਼ੌਕ ਹੁੰਦਾ ਜਨਾਬ ਤੁਹਾਨੂੰ ਇਨਸ਼ਾ ਅੱਲਾਹ ਤਾਲਾ ਮਜ਼ਾ ਆਉਸੀ ਵੀਡੀਓ ਵੇਖਣ ਦਾ ਹੈ ਪੂਰੀ ਮਾਲੂਮਤ ਲੈ ਕੇ ਦੇਵਾਂਗੇ ਭਾਈ ਤੁ ਕੋ ਕੀ ਪਾ ਰਹੇ ਨੇ ਕੀ ਨਹੀਂ ਪਾ ਰਹੇ ਨੇ ਯਾਨੀ ਕਿ ਆਪਣਾ ਉਹ ਤੇਲ ਦੇ ਵਿੱਚ ਕੀ ਦੇ ਰਹੇ ਨੇ ਔਰ ਖੁਰਾਕ ਦੇ ਵਿੱਚ ਕੀ ਦੇ ਰਹੇ ਨੇ ਸਾਰੀ ਮਾਲੂਮਤ ਤੁਹਾਨੂੰ ਲੈ ਕੇ ਦੇਵਣੀ ਹੈ ਵੀਡੀਓ ਲਾਸ ਤੱਕ ਹੈ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਜਨਾਬ ਤੁਹਾਨੂੰ ਸ਼ੌਕ ਅੱਛੀ ਤਰ੍ਹਾਂ ਚੈੱਕ ਕਰਾਵਾਂਗੇ ਮਾਸ਼ਾ ਅੱਲਾਹ ਬਹੁਤ ਹੀ ਪਿਆਰਾ ਔਰ ਨਿਆਬ ਸ਼ੌਕ ਹੈ ਬਾਈ ਦਾ ਔਰ ਸਾਰੇ ਮੱਖੀ ਜੀਨੇ ਨੇ ਇਹ ਦੋ ਜਨਾਬ ਵਿੱਚ ਬੀਤਲ ਦੇ ਵਿੱਚ ਬੱਕਰੇ ਨੇ ਬਾਕੀ ਜਨਾਬ ਸਾਰੇ ਮੱਖੀ ਜੀਨੇ ਨੇ ਮੂੰਹ ਕੀ ਨੇ ਔਰ ਕਿਸ ਰੇਂਜ ਦੇ ਬਾਈ ਨੇ ਲੈ ਨੇ ਖਰੀਦੇ ਨੇ ਔਰ ਜਨਾਬ ਆਪਣਾ ਖੁਰਾਕੀ ਕੀ ਪਾ ਰਿਆ ਦਿਨ ਦਾ ਕੀ ਖਰਚਾ ਹੈ ਸਾਰੀ ਮਾਲੂਮਤ ਲੈ ਕੇ ਦੇਵਣੀ ਹੈ ਜਨਾਬ ਚੰਗੀ ਤਰ੍ਹਾਂ ਸ਼ੌਕ ਕਰਾਵਾਂਗੇ ਤੁਹਾਨੂੰ ਔਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਾਸ਼ਾਅੱਲਾ ਬਾਈ ਦੇ 15 ਜਾਨਵਰ ਟੋਟਲ ਨੇ 15 ਜਾਨਵਰ ਮਾਸ਼ਾਅੱਲਾ ਬਹੁਤ ਹੀ ਪਿਆਰੇ ਪਿਆਰੇ ਜਨਾਬ ਜਾਨਵਰ ਹੈ ਇਹ ਚੈੱਕ ਕਰੋ ਸ਼ਲਾਬ ਬਹੁਤ ਹੀ ਪਿਆਰਾ ਸ਼ੌਕ ਹੈ ਇਹ ਸਾਰੇ ਖੱਸੀ ਹੋ ਗਏ ਨੇ ਇਹ ਪੁੱਛਨੇ ਸਾਰੇ ਮਾਲੂਮਤ ਲੈਣ ਅਸਲਾਮੁਅਲੈਕੁਮ ਅਗਾ ਆ ਜਾਗਾ ਆ ਜਾ ਪਹਿਲੇ ਨੰਬਰ ਤੇ ਤਾਂ ਆਪਣੀ ਲੋਕੇਸ਼ਨ ਦੱਸੋ ਆਪਣੀ ਲੋਕੇਸ਼ਨ ਕਿਹੜੀ ਹੈ ਸਾਡੀ ਲੋਕੇਸ਼ਨ ਬੂੰਗਾ ਲਸ਼ਕਰੀ ਬੂੰਗਾ ਲਸ਼ਕਰੀ ਇਨਕਾ ਹਾਸਲਪੁਰ ਦੇ ਕਰੀਬ ਹੀ ਆ ਜਾਂਦਾ ਹੈ ਤਲੜ ਇਹ ਜਨਾਬ ਹਾਸਲਪੁਰ ਦਾ ਇਲਾਕਾ ਜਨਾਬ 15 ਬੱਕਰੇ ਨੇ 15 ਅੱਛਾ ਪਹਿਲੇ ਨੰਬਰ ਤੇ ਇਹ ਫਿਦਾ ਭਾਈ ਦੱਸੋ ਕਿ ਆਪਾਂ ਕਿਹ ਸਰੇਂਜ ਬੱਕਰੇ ਲੈ ਆ ਸੰ ਤੇ ਕਦੋਂ ਲੈਣੇ ਜੀ ਬਣਾ ਆਪਨ ਹੋ ਗਿਆ 3 ਮਹੀਨੇ ਹੋ ਗਏ 10 ਦਿਨ ਕਿੰਨੇ ਹੋ ਗਿਆ ਖਰੀਦਿਆ ਨਾ 62000 ਨੂੰ ਪੁੱਠਾ ਲੈ 62000 ਨੂੰ ਪੁੱਠਾ ਪੈ ਗਿਆ ਸੀ ਯਾਨੀ ਕਿ ਕੋਈ ਵਾਦ ਵੀ ਸਨ ਕੋਈ ਘਾਟ ਵੀ ਸਨ ਸਭ ਤੋਂ ਮਹਿੰਗਾ ਬੱਕਰਾ ਕਿਹੜਾ ਲਿਆ ਤੁਸੀਂ ਸਭ ਤੋਂ ਮਹਿੰਗਾ ਬੱਕਰਾ ਲਿਆ ਉਹ ਕੰਨੀ ਤੇ ਉਹਨੂੰ ਫਾੜ ਕੇ ਲਿਆਓ ਉਹਨੂੰ ਫਾੜ ਕੇ ਲਿਆਓ ਸਭ ਤੋਂ ਮਹਿੰਗਾ ਬੱਕਰਾ ਪੁੱਛਨੇ ਆ ਤੇ ਕੁੱਲ ਇਹਨੇ ਕਿਹੜਾ ਲਿਆ ਔਰ ਸਭ ਤੋਂ ਸਸਤਾ ਕਿਹੜਾ ਲਿਆ ਲੇਕਿਨ ਯਾਨੀ ਕਿ ਇਹਨਾਂ ਨੇ ਤਕਸੀਮ ਕਰਨੋਂ ਦਾ 62000 ਨੂੰ ਇਹਨਾਂ ਨੂੰ ਬੱਕਰੇ ਪੈ ਗਏ ਸਨ ਯਾਨੀ ਕਿ ਟੋਟਲ ਆਲਟਵਾਲ ਇਹ ਬੱਕਰਾ ਮਾਸ਼ਾਅੱਲਾ ਇੱਕ ਕਿੰਨੇ ਦਾ ਲਿਆ ਸੀ 75000 ਦਾ ਠੀਕ ਹੋ ਗਿਆ ਤੇ ਇਹ ਬੀਤਲ اچھا ਇਹ ਜਨਾਬ ਮਾਸ਼ਾਅੱਲਾ ਬੱਕਰਾ ਮਾਸ਼ਾਅੱਲਾ ਬਹੁਤ ਹੀ ਪਿਆਰਾ ਖੂਬਸੂਰਤ ਬੱਕਰਾ ਹੈ اچھا ਇਹ ਬੀਤਲ ਕਿਵੇਂ ਲੈ ਆ ਸਰ ਬੀਤਲ ਬੀਤਲ ਘਾਟ ਲੈ ਨੇ ਇਹ 60 60 ਦੇ ਇਹ 60 60 ਦੇ ਲੈ ਸਰ ਇੱਕ ਨਾਗਰਾ ਡੱਬਾ ਹੈ ਔਰ ਇੱਕ ਕਾਲਾ ਡੰਬਾ ਤੇ ਬਾਕੀ ਯਾਨੀ ਕਿ ਤਕਰੀਬਨ ਇਸੇ ਰਹਿ ਜੇ 62000 ਪੈ ਗਏ ਬਾਕੀ 62000 ਨੂੰ ਪੁੱਠਾ ਪੈ ਗਏ ਨੇ ਬਾਕੀ ਜਨਾਬ ਜਾਨਵਰ ਤੁਸੀਂ ਚੈੱਕ ਕਰ ਸਕਦੇ ਨੇ اچھا ਇਹਨਾਂ ਨੂੰ 10 ਮਹੀਨੇ ਆਂਢੀ ਲੈ ਸਨ ਕਿ ਖੱਸੀ ਲੈ ਸਨ ਅੰਡਰ ਲੈ ਸਰ ਅੱਛਾ ਇੱਕ ਅਸੀਂ ਆਪ ਕਰਾ ਰਹੇ ਨੇ ਯਾਨਕਿ 3 ਮਹੀਨਾ ਦੇ ਵਿੱਚ ਤੁਸੀਂ ਕਾਦ ਯਾਨਕਿ ਬੱਕਰੀਆਂ ਦੇ ਵਧਾਏ ਨੇ ਤੇ ਕਿਹੜੀ ਖੁਰਾਕ ਨਾਲ ਕਾਦ ਵਧਾਉਂਦੇ ਨੇ ਇੱਥੇ ਨੇੜੇ ਆ ਨਾ ਇੱਥੋਂ ਆਵਾਜ਼ ਦਸਮਝ ਨਹੀਂ ਆਉਂਦੀ ਅੱਛਾ ਗਿਆ ਛਿਲੜ ਹੋ ਗਿਆ ਅੱਛਾ ਗੰਦਮ ਤੇ ਦਾਣਾ ੱਕਰੇ ਦਾ ੱਕਰੇ ਦਾ ਤੇ ਦਾਣਾ ਤੇ ਛਿਲੜ ਜਿਹੜਾ ਨੇ ਤੇਲ ਕਿਹੜਾ ਦੇ ਰਾਇ ਰਹੇ ਆਹ ਕਿੱਲਾਂ ਲਾ ਦੇ ਰਹੇ ਤਿਲਾਂ ਲਾ ਸਰਦੀ ਦੇ ਤਿਲਾਂ ਲਾ ਤੇ ਅੱਗੂ ਪਾਵਣਾ ਹੈ ਅੱਛਾ ਸਰਸਵਾਦਾ ਇਹ ਜਨਾਬ ਤਿਲਾ ਲਾ ਤੇਲ ਤੇ ਗੰਧਮ ਤੇ ਡੱਕਰਾ ਇਹ ਚੀਜ਼ਾਂ ਦੇਂਦੇ ਰਹੇ ਨੇ ਤੇ ਇਹਨਾਂ ਨੇ ਕਦ ਕਰਾਏ ਨੇ ਜਾਨੀ ਕਿ ਜਾਨਵਰਾਂ ਦੇ ਬਹੁਤ ਜ਼ਿਆਦਾ ਫਰਕ ਪੈ ਗਿਆ ਕਦ ਤਿੰਨ ਮਹੀਨਾ ਦੇ ਵਿੱਚ ਜਾਨਵਰ ਖੱਸੀ ਵੀ ਹੋਏ ਨੇ ਤੁਹਾਨੂੰ ਪਤਾ ਹੈ ਕਿ ਮਹੀਨਾ ਜਾਨਵਰ ਸਿੱਧਾ ਨਹੀਂ ਹੁੰਦਾ ਜਨਾਬ ਖੱਸੀ ਹੋ ਜਾਵੇ ਤੇ ਬਾਕੀ ਜਨਾਬ ਖੁਰਾਕ ਬਾਈ ਦੀ ਸਾਹ ਵੀ ਹਰ ਸਾਲ ਪਾਲਦੇ ਨੇ ਕਿ ਕਿੰਨੇ ਸਾਲਾਂ ਤੋਂ ਸ਼ੌਕ ਕਰ ਰਹੇ ਨੇ ਤਕਰੀਬਨ 15 ਸਾਲ ਪਹਿਲੇ ਵੀ ਇਸ ਤਰ੍ਹਾਂ ਦਾ ਸ਼ੌਕ ਕਰਦੇ ਹੋ ਕਿ ਇਸ ਤੋਂ ਛੋਟੇ ਕਰਦੇ ਛੋਟੇ ਲੈਣ ਜਿਹਾ ਅੱਛਾ ਪਹਿਲੀ ਦਫਾ ਸ਼ੌਕ ਵੱਡੇ ਦਾ ਕੀਤਾ ਹੈ ਅੱਛਾ ਸ਼ੌਂਕ ਵੱਡੇ ਬੱਕਰੇ ਦਾ ਪਹਿਲੇ ਜਨਾਬ ਛੋਟਾ ਜਾਨਵਰ ਲੈਂਦੇ ਸਰ ਤਕਰੀਬਨ ਜਿਹੜਾ 80 90 ਲੱਖ ਦੇ ਮਾਰ ਨਹੀਂ ਪਚਾ ਸਕਦਾ ਅੱਛਾ ਸਰਦੀ ਚੋਂ ਨਹੀਂ ਪਲਦਾ ਅੱਛਾ ਸਰਦੀ ਚੋਂ ਤੈਨੂੰ ਪਤਾ ਛੋਟਾ ਬੱਕਰਾ ਠੰਡੂ ਲਗਾਇਆ ਜਾਂਦਾ ਅੱਛਾ ਬੱਕਰਾ ਜਿਹੜਾ ਨਾ ਵਾਦੀ ਕੁਛ ਨਾ ਕੁਛ ਮਾਰ ਚਾਹੀਦਾ ਸਾਡੇ ਅੱਛਾ ਸਰਦੀ ਇਹ ਬਾਚ ਜਾਂਦਾ ਯਾਨੀ ਕਿ ਉਹਦੀ ਬਚਾ ਤੋਂ ਹੋ ਜਾਂਦੀ ਹੈ ਨਾਲੇ ਬਿਮਾਰੀ ਦੀ ਬਿਮਾਰੀ ਨਾਲ ਵੀ ਲੜ ਜਾਂਦਾ ਛੋਟਾ ਜ਼ਿਆਦਾਤਰ ਜਾਂਦੇ ਮਰ ਜਾਂਦੇ ਅੱਛਾ ਵੱਡਾ ਬੱਕਰਾ ਮਰਦਾ ਉਹ ਘੱਟ ਅੱਲਾ ਨੂੰ ਤਬਦੀ ਖਲੀਓ ਤਾਂ ਸਕਸ ਕਿਦਾ ਵਾ ਛੋਟੇ ਵੱਡੇ ਦੇ ਹਾਂ ਅੱਜ ਲੱਗੇ ਜਾਂਦੇ ਨੇ ਜਦੋਂ ਬਿਮਾਰੀ ਆ ਜੇ ਵੀ ਕੁਛ ਨਾ ਕੁਛ ਬਰਦਾਸ਼ਤ ਕਰਦਾ ਹਾਂ ਵੱਡਾ ਜਾਨਵਰ ਫਿਰ ਲੜਦਾ ਹੈ ਨਾ ਬਿਮਾਰੀ ਨਾਲ ਬਾਕੀ ਜਨਾਬ ਸ਼ੌਕ ਬਾਈ ਦਾ ਬਹੁਤ ਹੀ ਪਿਆਰਾ ਜਨਾਬ ਸਾਰੀਆਂ ਮਾਲੂਮਾਤ ਲੈ ਕੇ ਦੇ ਦਿੱਤੀ ਹੈ ਬਾਕੀ ਦੋਸਤੋ ਇਹਦੇ ਕੁਲ ਪੁੱਛਣੇ ਹੋਰ ਵੀ ਅੱਛਾ ਕਿਕਰ ਵੀ ਪਾਰ ਹੈ ਨਾ ਕਿ ਨਹੀਂ ਪਾਰ ਹੈ ਹੁਣ ਬੰਦ ਰਹਿ ਹਾਂ ਕਿਕਰ ਹੁਣ ਬੰਦ ਦੇ ਠੀਕ ਹੋ ਗਿਆ ਅੱਛਾ ਯਾਨੀ ਕਿ ਸਲਾਹ ਤੁਸੀਂ ਕੀ ਦੇਣਾ ਚਾਹੁੰਦੇ ਹੋ ਕਿ ਬੱਕਰਾ ਵੱਡਾ ਰੱਖਣਾ ਚਾਹੀਦਾ ਛੋਟਾ ਰੱਖਣਾ ਚਾਹੀਦਾ ਤਾਂ ਬੰਦਾ ਸਹੀ ਛੋਟਾ ਹੀ ਉਹ ਜ਼ਲੀਲਾ ਤੋਂ ਤਾਂ ਨਹੀਂ ਹੈ ਬੇਸਮਲ ਦਾ ਸ਼ੌਂਕ ਕਰੋ ਤਾਂ ਵੱਡਾ ਤਾਂ ਕਰੋ ਸਕਦਾ ਅੱਛਾ ਵੱਡੇ ਬੱਕਰੇ ਰੱਖੋ ਯਾਨੀ ਕਿ ਬਾ ਨਹੀਂ ਇੱਥੇ ਬਾਦੂ ਕਾ ਤਾਂ ਆਪਣੇ ਫਾਰਮ ਤੇ ਇੱਥੇ ਜ਼ਿਆਦਾਤਰ ਛੋਟਾ ਵੀ ਲੈਂਦੇ ਨੇ ਜਣਾ ਆਪਣਾ ਇੱਥੇ ਛੋਟਾ

ਜਿਸ ਤਰ੍ਹਾਂ ਜਾਨਵਰ ਦੀ ਗ੍ਰੋਥ ਹੁੰਦੀ ਹੈ ਜਿਸ ਤਰ੍ਹਾਂ ਜਾਨਵਰ ਦਾ ਵਜ਼ਨ ਹੁੰਦਾ ਉਸ ਤਰੀਕੇ ਫਿਰ ਸੇਲ ਕਰ ਦਿੰਦੇ ਸਨ ਇਸ ਵਾਰ ਇਹਨਾਂ ਨੇ ਵੱਡਾ ਸ਼ੌਕ ਕੀਤਾ ਬਸ ਦੋਸਤਾਂ ਨੇ ਕਹਿਣ ਤੇ ਵੀ ਵੱਡਾ ਸ਼ੌਕ ਕਰੋ ਤੇ ਵੱਡਾ ਸ਼ੌਕ ਕੀਤਾ ਮਾਸ਼ਾਅੱਲਾ ਜਾਨਵਰ ਇਹਨਾਂ ਦੇ ਹਜ ਤਿਆਰੀ ਹੋਣ ਲੱਗਣੇ ਨੇ 3 ਮਹੀਨਿਆਂ ਦੇ ਵਿੱਚ ਕੀ ਹੁੰਦਾ ਇਹ ਸਿਰਫ ਜਾਨਵਰਾਂ ਦੇ ਕੱਦ ਹੀ ਹੋਏ ਨੇ ਖੱਸੀ ਹੋਏ ਨੇ ਕੱਦ ਕਰ ਕੀਤੇ ਰਹੇ ਹੁਣ ਜਨਾਬ ਜਾਨਵਰ ਗ੍ਰੋਥ 'ਚ ਆ ਰਹੇ ਨੇ ਕਿ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਚੇਂਜ ਹੋਣ ਦੇ ਵਿੱਚ ਜਨਾਬ ਇਹ ਜਾਨਵਰ ਹੁਣ ਤਿਆਰੀ ਆ ਜਾਣਗੇ ਮਾਸ਼ਾਅੱਲਾ ਕੱਦ ਬਹੁਤ ਹੈਵੀ ਨੇ कद इस टाइम भी 42 40 42 कद इस टाइम भी है ने बकरियां दे माशाल्लाह कद बहुत ही प्यारे होए खड़े ने बाकी जानवर ये जानवर माशाल्लाह बड़ा जानवर इन्हने खरीदा सी 75000 ਦਾ ਖਰੀਦਾ ਤੇ ਮਾਸ਼ਾਅੱਲਾ ਜਾਨਵਰ ਵੀ ਬਹੁਤ ਪਿਆਰਾ ਸਾਰਿਆਂ ਤੋਂ ਵੱਡਾ ਹੈ बाकी ਜਨਾਬ ਜਾਨਵਰ ਸਾਰੇ ਮਾਸ਼ਾਅੱਲਾ ਖੂਬਸੂਰਤ ਨੇ ਜਾਨਵਰ ਜਨਾਬ ਮਾਸ਼ਾਅੱਲਾ ਜ਼ਰੂਰ ਪੜਨੀ ਹੈ ਕਿਉਂਕਿ ਹਰ ਕਿਸੇ ਦਾ ਆਪਣਾ ਆਪਣਾ ਸ਼ੌਕ ਹੁੰਦਾ ਜਨਾਬ ਕਿਉਂਕਿ ਜਾਨਵਰ ਪਸੰਦ ਕਰਾਂ ਤਾਂ ਵੀਡੀਓ ਨੂੰ ਲਾਈਕ ਔਰ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਤਾਂ ਕਿ ਕਿਸੇ ਨੂੰ ਫਾਇਦਾ ਹੋਵੇ ਜਨਾਬ ਖੁਰਾਕ ਦੇ ਬਾਰੇ ਵੀ ਪੁੱਛਿਆ ਹੈ ਔਰ ਹਰ ਚੀਜ਼ ਦੇ ਬਾਰੇ ਪੁੱਛਿਆ ਜਨਾਬ ਇਹ ਸ਼ੇਅਰ ਕਰੋ ਦੋਸਤਾਂ ਦੇ ਵਿੱਚ ਤਾਂ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਬਾਕੀ ਜਿਹੜਾ ਬਜਾਰ ਵਾਲਾ ਦਾ ਸ਼ੌਕ ਫੇਰ बार-बार ਕਰਾ ਦੇਣੇ ਹੈ ਨਾ ਗਰੇਣਾ ਅੱਛਾ ਮੂੰ ਕੀ ਵੇ ਸਨ ਜਦੋਂ ਲੈਣੇ ਸਾਰੇ ਦੁੰਦੇ ਨਾਲੇ ਨਹੀਂ ਹੁਣ ਦੁੰਦੇ ਨੇ ਹਾਂ ਇਸ ਟਾਈਮ ਹੀ ਦੁੰਦੇ ਨੇ ਇਸ ਟਾਈਮ ਦੁੰਦੇ ਨੇ ਜੇ ਤੋ ਲੈ ਸਨ ਉਹ ਤੋ ਕੀ ਵੇ ਹਨ ਉਸ ਟਾਈਮ ਤੇ ਦੁੰਦੇ ਨੇ ਕੀ ਖੀਰੇ ਆਂਦੇ ਸਨ ਅੱਛਾ ਖੀਰੇ ਵੀ ਆ ਸਨ ਦੁੰਦੇ ਵੀ ਆ ਸਨ ਯਾਨਕਿ ਹਾਜੇ ਵੀ ਦੁੰਦੇ ਫੇਰ ਰਹੇ ਨੇ ਚੌਕ ਤੇ ਉਹ ਜਿਹੜਾ ਵੱਡਾ ਬੱਕਰਾ ਤੁਸੀਂ ਲਿਆ ਸੀ ਉਹ ਵੀ ਦੁੰਦਾ ਲਿਆ ਸੀ ਉਹ ਦੁੰਦਾ ਉਹ ਲਿਆ ਵੀ ਦੁੰਦਾ ਸੀ ਲਿਆ ਵੀ ਦੁੰਦਾ ਸੀ ਤੇ ਹੁਣ ਇਸ ਟਾਈਮ ਵੀ ਦੁੰਦਾ ਹੈ ਇਸ ਟਾਈਮ ਤੁਹਾਨੂੰ ਕੀ ਅੰਦਾਜ਼ਾ ਹੈ ਕਿ ਤੁਹਾਡੇ ਜਾਨਵਰ ਕਿ ਸਰੇਂਜ ਵਿੱਚ ਹੋਏ ਖੜੇ ਨੇ ਇਹ ਤਕਰੀਬਨ ਜਿਹੜੀ ਮਹੰਗਾਈ ਹੈ ਇਹ ਬਈ 10 ਟਾਈਮ ਤੋਂ ਸਕੇ ਕਿ ਕਿਡਾਈ ਖਲੋਤੀ ਹੈ ਆ ਮਹੰਗਾਈ ਤੇ ਖੁਰਾਕ ਕਿਵੇਂ ਪਾ ਰਹੇ ਨੇ ਗੰਦਮ ਜਿਹੜੀ ਉਹ 5000 ਗੁੱਲੀ 5000 ਡੱਕਰਾ 5000 ਚੀਲੜ ਸਾਡੇ 4000 4000 ਹਾਂ ਇਹ ਕਿ 5000 ਨੂੰ ਖੁਰਾਕ ਹੋਈ ਖੜੀ ਹੈ 5000 ਨੂੰ ਮੰਨ ਜਨਾਬ ਮਿਹਨਤ ਕਾਫੀ ਦੋਸ ਆਖਦੇ ਨੇ ਕਿ ਜਨਾਬ ਬੱਕਰੀ ਇਹਨੇ ਮਹੰਗੇ ਬੱਕਰੇ ਇਹਨੇ ਮਹੰਗੇ ਜਨਾਬ ਕੀ ਕਰਨੇ مالک ਪਾਲਾਈ ਵਾਲੇ ਜਨਾਬ ਬਹੁਤ ਮਿਹਨਤ ਹੁੰਦੀ ਹੈ 5000 ਨੂੰ ਖੁਰਾਕ ਲੈ ਕੇ ਇਹਨਾਂ ਨੂੰ ਪਾਵਣਾ ਇਹਨਾਂ ਨੂੰ ਖਵਾਉਣਾ ਇਸ ਤਰ੍ਹਾਂ ਦਾ ਬੱਕਰਾ ਜਨਾਬ ਕਮ ਸੋ ਕਮ ਇਹ ਕਿਤਨੀ ਖੁਰਾਕ ਖਾ ਜਾਂਦਾ ਹੈ ਤਕਰੀਬਨ 2.5 ਕਿਲੋ ਤਾਂ ਖਾਏ ਨਾ ਫੀ ਬੱਕਰਾ ਦੋ ਤੋਂ 2.5 ਕਿਲੋ ਜਨਾਬ ਖੁਰਾਕ ਖਾਂਦਾ ਤੁਸੀਂ ਆਪ حساب ਲਾ ਲਓ ਕਿ ਤਕਰੀਬਨ 200 ਰੁਪਏ ਆਪਣਾ 750 ਰੁਪਏ ਕਿਲੋ ਪਿਆ ਜਾਂਦੀ ਹੈ ਤੇ तकरीबन 250 ਰੁਪਏ ਬੱਕਰਾ ਖੁਰਾਕ ਖਾ ਰਿਹਾ 250 300 250 300 ਦੀ ਖੁਰਾਕ ਖਾ ਰਿਹਾ ਹੈ ਚਾਰੇ ਤੇ ਵਗੈਰਾ ਮਿਹਨਤ ਮਿਹਨਤ ਤੋਂ ਇਲਾਵਾ ਬਾਕੀ ਜਨਾਬ ਚੀਜ਼ਾਂ ਮਹੀਨੇ ਦਾ ਕਿੰਨਾ ਖਰਚਾ ਹੋ ਜਾਂਦਾ ਜਾਨਵਰ ਤੇ ਬਾਕੀ 60 60 ਹਜ਼ਾਰ ਨੂੰ ਇਹਨਾਂ ਨੇ ਖਰੀਦੇ ਨੇ ਅੱਜ ਤੁਹਾਨੂੰ ਜ਼ੁਬਾਨੀ ਪੁੱਛ ਕੇ ਦੱਸਿਆ ਬੱਕਰੇ ਵੀ ਮਾਸ਼ਾਅੱਲਾ ਖੂਬਸੂਰਤ ਨੇ 60 60 ਹਜ਼ਾਰ ਨੂੰ ਖਰੀਦੇ ਨੇ ਤੇ ਸੋਹਣੇ ਲੱਗ ਗਏ ਨੇ ਇਹਨਾਂ ਨੂੰ ਤੇ ਫਿਰ ਵੀ ਉੱਤੇ ਖਰਚਾ ਅਗਰ ਲਾ ਵੀਏ ਤੇ 3 ਮਹੀਨੇ ਪਹਿਲੇ ਇਹਨੇ ਪਾਲ ਲੈਨੇ ਔਰ ਬਾਚ ਵੀ ਤਕਰੀਬਨ ਹਜੇ 5 ਮਹੀਨੇ ਬਾਕੀ ਨੇ ਤੇ 8 ਮਹੀਨਿਆਂ ਦੀ ਪਲਾਈ 300 ਦੇ ਹਿਸਾਬ ਨਾਲ ਹੀ ਲਾਓ ਤੇ 9000 ਰੁਪਏ ਮਹੀਨੇ ਦਾ ਖਾਂਦੇ ਨੇ ਅਠੋ ਨਾਮ 72 70000 ਰੁਪਏ ਇਹਨਾਂ ਤੇ ਖਰਚਾ ਹੈ ਯਾਨੀ ਕਿ ਕੀਮਤ ਤੋਂ ਡਬਲ ਖਰਚਾ ਆ ਜਾਂਦਾ ਤੇ ਬਾਕੀ ਜਨਾਬ ਇਸ ਸਾਲ ਮਹਿੰਗਿਆ ਹੀ ਜ਼ਿਆਦਾ ਹੋਈ ਹੈ ਖੁਰਾਕ ਬਾਕੀ ਜਿਹੜਾ ਬੋਨ ਤੁਸੀਂ ਚੈੱਕ ਕਰ ਸਕਦੇ ਨੇ ਵੀ 62000 ਨੂੰ ਇਹਨਾਂ ਨੇ ਪੁੱਟਾ ਖਰੀਦਾ ਤੇ 8 ਮਹੀਨਿਆਂ ਦੀ ਪਲਾਈ ਇਹਨਾਂ ਦੀ ਕੀਤੀ ਜਾਵੇ ਤਾਂ 70000 ਰੁਪਏ ਖਰਚਾ ਫੀ ਜਾਨਵਰ ਤੇ ਯਾਨੀ ਕਿ ਮਾਲ ਦੇ ਮੋਲ ਨਾਲ ਵੀ ਖਰਚਾ ਜ਼ਿਆਦਾ ਵੱਧ ਗਿਆ। ਬਾਕੀ ਜਨਾਬ ਤਾਂ ਵਾਸਤੇ ਮੰਗਾਈ ਹੁੰਦੀ ਕਿ ਕੋਈ ਚੀਜ਼ਾਂ ਮੰਗਾਈ ਮੰਗਾਈ ਚ ਮਿਲ ਰਹੀਆਂ ਨੇ। ਖੁਰਾਕ ਮਹਿੰਗੀ ਹੈ, ਹਰ ਚੀਜ਼ ਮਹਿੰਗੀ ਹੈ। ਇਸੇ ਵਜ੍ਹਾ ਤੋਂ ਜਨਾਬ ਥੋੜਾ ਜਿਆਦਾ ਰੇਟ ਵੀ ਮਹਿੰਗਾ ਹੋ ਜਾਂਦਾ ਹੈ। ਫਿਰ ਕਈ ਦੋਸਤ ਆਖਦੇ ਨੇ ਸਾਨੂੰ 60-70 ਹਜ਼ਾਰ ਦਾ ਵੱਡਾ ਬੱਕਰਾ ਮਿਲੇ, 80 ਦਾ ਵੱਡਾ ਬੱਕਰਾ ਮਿਲੇ। ਮੇਰਾ ਭਾਈ ਜੀਨਾ ਕੁੱਲ ਹੁੰਦੇ ਨੇ, ਉਹਨਾਂ ਦੇ ਖੁਰਾਕਾਂ ਖਰਚੇ ਫਿਰ ਅਫੋਰਡ ਕਰੋ ਤੁਹਾਨੂੰ ਪਤਾ ਚੱਲੇ। ਪਾਲੇ ਅਗਰ ਪਾਲੀਏ ਤੇ ਫੇਰ ਹੀ ਪਤਾ ਚੱਲਦਾ ਹੈ ਕਿ ਯਾਰ ਕਿੰਨੇ ਖਰਚੇ ਨੇ ਤੇ ਕਿਉਂ ਕਿ ਆਪਣਾ ਕਿੰਨਾ ਮਹਗਾਈ ਦਾ ਦੌਰ ਹੈ ਤੇ ਫੇਰ ਹੀ ਪਤਾ ਚੱਲਦਾ ਜਨਾਬ ਕਿ ਕਿਸ ਤਰ੍ਹਾਂ ਰੇਟ ਹੁੰਦੇ ਨੇ ਕਿ ਬਾਕੀ ਜਿਨ੍ਹਾਂ ਨੇ ਨਹੀਂ ਰੱਖੇ ਉਹਨਾਂ ਨੂੰ ਵੀ ਅੱਹ ਦੇ ਦੇਵੇ और वह भी रखन और ताकि इन्हों पता चले कि जनाब की खर्चे होंगे ने अखराजात होंगे ने बहुत सारे अखराजात होंगे ने इन दलाई दे, दे बाकी दोस्तों उम्मीद करता कि किन तो वीडियो अच्छी लगी होनी वीडियो अगर अच्छी लगी तो वीडियो लाइक करना चैनल सब्सक्राइब करना दोस्तों को शेयर करना असलम अल्ला हाफि